लांडर पंचेरी मोंगरी लाडा क्षेत्र के अलग विधानसभा क्षेत्र बनाए जाने की मांग को लेकर क्षेत्र के लोगों ने प्रदर्शन किया प्रदर्शन की अगुवाई पूर्व विधायक बलवंत सिंह मनकोटिया कर रहे थे। बलवंत सिंह मनकोटिया ने कहा कि यह इलाका पिछड़ा हुआ है यहाँ पर सुविधाओं का खासा अभाव है और लोग पिछले कई सालों से इस इलाके को विधानसभा क्षेत्र बनाने की मांग कर रहे हैं उन्होंने कहा कि उनकी ये मांग जल्द से जल्द पूरी की जाए ਬਿਊਰ ਰਿਪੋਰਟ ਜੇਲ੍ਹ ਕੇ ਮੀਡੀਆ ਜੰਮੂ ਔਰ ਉਹਦੇ ਬਾਅਦ ਮੌਸਮ ਖਰਾਬ ਹੋਈ ਆ ਔਰ ਜਿਹਦੀ ਵਜ੍ਹਾ ਕਰਕੇ ਸਾਡੀਆਂ ਇਸ ਬਮਾਗ ਦੀਆਂ ਦੋ ਪੰਚਾਇਤਾਂ ਜਿਹਦੇ ਚ ਅਸ ਜਿਹੜਾ ਉਦਮਪੁਰ ਡਿਸਟ੍ਰਿਕਟ ਕਰਨ ਨੇ ਉਹਦੇ ਚ ਅਸ ਪੁੱਜੀ ਨਹੀਂ ਪਾਦੇ ਇਹ ਤੋ ਅੱਜ ਇਸ ਲੈਸ ਲੱਡਾ ਇਹ ਪੰਚਾਇਤ ਅੰਦਰ ਔਰ ਇਥੇ ਤੁਸੀਂ ਦਿਖਾ ਦਿਓ ਕਿ ਕਾਫੀ ਸੰਖਿਆ ਚ ਸਾਡੇ ਸਾਥੀ ਜਿਹੜੇ ਇਕੱਠੇ ਹੋਏ ਨੇ ਇਥੇ ਦੇ ਸਰਪੰਚ ਜਿਹੜੇ ਇਥੇ ਦੇ ਕੁੰਜਲਾਲ ਜੀ ਸਾਡਾ ਕਰਨ ਇਥੇ ਦੇ ਨਾਇਬ ਸਰਪੰਚ ਜੀ ਇਥੇ ਦੀ ਪੂਰੀ ਪੰਚਾਇਤੀ ਟੀਮ ਇਸ ਇਸ ਲੈ ਸਾਰੇ ਇਕੱਠੇ ਆ ਸਾਡੇ ਆ ਦੇਸ ਰਾਜੀ ਲੜਾਈ ਦਾ ਪਾਰਲਾ ਪਾਸੇ ਦੇਖੋ ਲੜਾ ਬੀ ਦੇ ਸਰਪੰਚ ਨਾ ਇੰਦੀ ਟੀਮ ਜਿਹੜੀ ਆ ਅੱਗੇ ਮੀਟਿੰਗ ਚ ਉੱਥੇ ਇਕੱਠੇ ਹੋਦੇ ਹਨ ਆ ਇਸ ਮੌਕੇ ਪਰ ਸੁਰਜੀਤ ਜੀ ਸਾਡੇ ਜਿਹੜੇ ਨਾ ਸੀਨੀਅਰ ਲੀਡਰ ਵੀ ਇਸ ਇਲਾਕੇ ਦੇ ਉਹ ਵੀ ਸਾਡਾ ਕੰਨਿਆ ਨਾ ਇੰਨਾਂ ਕਾ ਸਾਡੇ ਆਪਣੇ ਇਸ ਇਲਾਕੇ ਦੇ ਜਿਹੜੇ ਸੀਨੀਅਰ ਸਾਥੀ ਸਾਡੇ ਮਾਸਟਰ ਕ੍ਰਿਸ਼ਨ ਲਾਲ ਜੀ ਔਰ ਬਾਕੀ ਜਿੰਨੇ ਵੀ ਸੀਨੀਅਰ ਸਾਥੀ ਯੂਵਾ ਟੀਮ ਆ ਤੋਂ ਸਾਰੇ ਦਾ ਇੱਕ ਜਿਹੜੀ ਮੰਗ ਹੈ ਕਿ ਜਿਹੜੀ ਸਾਡੀ ਇਹ ਜਿਹੜਾ ਵਿਧਾਨ ਸਭਾ ਖੇਤਰ ਜਿਹੜਾ ਹੈ ਜਿਹਦੇ ਚ ਕਾਫੀ ਲੋਕਾਂ ਚ ਜੋਸ਼ ਵੀ ਹੈ ਔਰ ਬੜੇ ਮਜ਼ਬੂਤੀ ਨਾਲ ਆਪਣੀ ਮੰਗ ਹੀ ਰੱਖਾ ਕਰਦੇ ਨੇ ਔਰ ਪਿਛਲਾ ਉਹ ਟੂਰ ਲਾਣੇ ਬਾਅਦ ਸਾਡਾ ਇੱਕ ਮੀਟਿੰਗ ਜਿਹੜੀ ਹੈ ਅ ਜਿਹੜੇ ਸਾਡੇ ਇਲੈਕਸ਼ਨ ਜਿਹੜੇ ਇੰਚਾਰਜ ਕੇ ਕੇ ਸ਼ਰਮਾ ਜਿਹੜੇ ਜਿਹੜੇ ਕੰਨੇ ਹੁੰਦਾ ਡਿਲੀਮਿਟੇਸ਼ਨ ਕਮਿਸ਼ਨ ਦੇ ਮੈਂਬਰ ਵੀ ਹਨ ਉਹਦੇ ਕਨੇ ਮੁਲਾਕਾਤ ਹੋਈ ਉਹਨੇ ਬੜਾ ਅੱਛੇ ਤਰੀਕੇ ਕਨੇ ਸੁਨੇ ਵੀ ਹੈ ਉਸ ਉਸ ਮੌਕੇ ਵੀ ਸਾਡਾ ਕਨੇ ਕਰੀਬ ਕਰੀਬ ਸਾਰੇ ਸਰਪੰਚਿਸ আর ਸੀਨੀਅਰ ਲੋਕ ਇਸ ਇਲਾਕੇ ਦੇ ਗਏ ਦੇ ਉਹਦੇ ਬਾਅਦ ਸਾਡੀ ਪ੍ਰੈਸ ਕਲੱਬ ਚ ਪੱਤਰਕਾਰ ਬਾਰਤਾ ਵੀ ਹੋਈ ਹੈ ਔਰ ਉਹਨੇ ਬੜਾ ਅੱਛੇ ਤਰੀਕੇ ਕਨੇ ਇਸ ਗੱਲੇ ਕੀ ਸੁਨੇ ਵੀ ਹੈ ਇਸ ਡਿਮਾਂਡ ਕੀ ਸੁਨੇ ਵੀ ਹੈ ਔਰ ਉਹਨੇ ਪ੍ਰੋਸਾਸਲੇ ਵੀ ਦੁਆਇਆ ਹੈ ਕਿ ਤੁਹਾਡੀ ਗੱਲ ਗਿਆਸ ਆਪਣੀ ਜਿਹੜੀ ਕਮਿਸ਼ਨ ਦੀ ਪੂਰੀ ਟੀਮ ਹੈ ਉਹਦੇ ਅੱਗੇ ਮਜਬੂਤੀ ਕਰਨ ਰੱਖਿਆ ਤਾਂ ਕਿ ਜਿਹੜਾ ਤੁਹਾਡਾ ਤੁਸੀਂ ਇਨਸਾਫ ਮਿਲ ਸਕੇ ਔਰ ਅਸੀਂ ਪੂਰਾ ਪ੍ਰੋਸਾ ਹੈ ਕਿ ਇਸ ਇਲਾਕੇ ਦਾ ਇਸ ਇਲਾਕੇ ਦੇ ਲੋਕਾਂ ਕਨੇ ਇਸ ਕਮਿਸ਼ਨ ਜਿਹੜਾ ਹੈ ਪੂਰੇ ਤਰੀਕੇ ਨਾਲ ਇਨਸਾਫ ਕਰ ਇਥੇ ਦਾ ਬਕਰਾਂ ਵਿਧਾਨ ਸਭਾ ਖੇਤਰ ਦਾ ਦਰਜਾ ਇਸ ਇਲਾਕੇ ਕੀ ਮਿਲ ਗ ਅਸੀਂ ਇਸ ਗੱਲੇ ਦਾ ਪੂਰਾ ਪ੍ਰੋਸਾ ਹੈ ਔਰ ਜਿਸਲੇ ਵਿਧਾਨ ਸਭਾ ਖੇਤਰ ਦਾ ਦਰਜਾ ਮਿਲ ਗ ਤਾਂ ਗੇ ਇਸ ਇਲਾਕੇ ਦੀ ਤਰੱਕੀ ਹੋ ਸਕਦੀ ਹੈ ਨਹੀਂ ਤਾਂ ਅੱਜ ਦੀ ਰੀਚ ਦੇਖੋ ਅਸ ਖੱਬੇ ਪਾਸੇ ਜਿੱਥੇ ਮੇਰਾ ਵਾਲਾ ਖੱਬੇ ਪਾਸੇ ਦਾ ਚਾ ਲਾਲੀ ਵਗ ਜਿਹੜਾ ਹੈ ਟਾਵਰ ਨਹੀਂ ਹੈ ਅਗਰ ਸੱਜਾ ਵਸੇ ਇਹ ਗੱਲ ਕਰਛੇ ਤਾਂ ਲੱਡਾਸੀ ਦੀ ਗੱਲ ਕਰਛੇ ਹੈ ਤਾਂ ਉੱਥੇ ਸਾਡਾ ਮੋਬਾਈਲ ਟਾਵਰ ਨਹੀਂ ਹੈ ਤਾਂ ਵਿੱਚ ਵੀ ਸਾਡੀ ਪ੍ਰਾਪਰ ਕਨੈਕਟੀਵਿਟੀ ਨਹੀਂ ਹੈ ਤੇ ਜਿਸ ਤਰ੍ਹਾਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਆ ਤਾਂ ਇਸ ਏਰੀਆ ਦੇ ਅੰਦਰ ਅਗਰ ਆਈਆਂ ਚੋਂ ਚਾ ਦੋ ਪੰਚਾਇਤਾਂ ਜਿਹੜਾ ਹੈ ਮੋਬਾਈਲ ਸਾਡਾ ਨੈਟਵਰਕ ਨਹੀਂ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੜਕਾਂ ਦੀ ਹਾਲਤ ਦੇਖੋ ਆ ਜੀ ਕੋਈ ਵੀ ਇਸ ਇਲਾਕੇ ਚ ਐਸੀ ਸੜਕ ਨਹੀਂ ਹੈ ਜਿਹੜੀ ਤੁਸੀਂ ਲੋਕਾਲੀ ਸੜਕ ਦੇਖ ਸਕਦੇ ਹੋ ਸਕੂਲੇ ਦੀ ਹਾਲਤ ਹੈ ਕਿ ਸਕੂਲ ਦਾ ਅਗਰ ਕਮਰਾ ਆ ਤਾਂ ਮਾਸਟਰ ਨਹੀਂ ਹੈ ਮਾਸਟਰ ਨਹੀਂ ਹੈ ਮਾਸਟਰ ਦਾ ਕਮਰਾ ਨਹੀਂ ਹੈ ਇਹ ਇੰਆਗਾ ਡਿਸਪੈਂਸਰੀ ਆ ਸਬ ਸੈਂਟਰ ਜਿਹੜਾ ਇਸ ਇਲਾਕੇ ਕੀ ਮਿਲੇ ਆ ਲੱਡੇਗੀ ਤੋਂ ਪੁਜੀ ਆ ਲੱਦਾਜੀ ਪੁਜੀ ਆ ਤੋਂ ਇੰਆਗਾ ਕੋਈ ਪ੍ਰਾਪਰ ਇਸ ਤਰੀਕੇ ਦੀ ਇਸ ਇਲਾਕੇ ਦੀ ਜਿਹੜੀ ਨੁਮਾਇੰਦਗੀ ਨਹੀਂ ਹੋਣੀ ਵਜ੍ਹਾ ਕਰਨਾ ਹਾਂ ਇਹ ਇਲਾਕਾ ਜਿਹੜਾ ਹੈ ਮੀਲਾ ਦਾ ਕਿ ਸ਼ਾਇਦ ਸ਼ਾਇਦ ਹੋਰ ਪੂਰੇ ਜੰਮੂ ਕਸ਼ਮੀਰ ਚ ਸਾਰੇ ਕੁਲਾ ਬੈਕਵਰਡ ਲਾਕ ਹੈ ਜੇ ਅਗਰ ਕੋਈ ਇਲਾਕਾ ਹੈ ਤਾਂ ਇਹ ਇਲਾਕਾ ਹੈ ਪਾਣੀ ਦੀ ਗੱਲ ਕਰ ਚਾਹ ਤਾਂ ਪਾਣੀ ਇਸ ਇਲਾਕੇ ਚ ਕੁੱਤੇ ਮਲੇ ਏਡੇ ਏਡੇ ਦੂਰ ਲੋਕੀ ਪਾਣੀ ਅਸੇ ਜਾਣਾ ਪਉਂਦਾ ਨਲਕੇ ਦੀ ਗੱਲ ਕਰ ਚਾਹ ਤਾਂ ਕੁੱਤੇ ਤੋ ਪਾਣੀ ਲੱਭਦਾ ਹੈ ਬਿਜਲੀ ਜਲੇ ਜਿੰਦੀ ਹਫਤਾ ਹਫਤਾ ਬਿਜਲੀ ਨਹੀਂ ਆਉਂਦੀ ਔਰ ਸਾਰਾ ਕੁਲਾ ਪਹਿਲਾ ਤੇ ਹੈ ਕਿ ਜਿਹੜਾ ਰੋਡ ਕਨੈਕਟੀਵਿਟੀ ਹੈ ਔਰ ਉਹਦਾ ਕੰਮ ਹੈ ਕਿ ਹੁਣ ਤੁਸੀਂ ਦਿਖਲਾਓਗੇ ਬਰਫ ਪੇਰ ਹੈ ਹੁਣ ਲਗਭਗ ਢੀਨ ਮਹੀਨਾ ਡੇਢ ਲੱਗਿਆ ਹੋਣਾ ਅੰਜੇ ਵੀ ਸਾਰਾ ਜਿਹੜਾ ਹੈ ਗੋਰੀ ਮਿੱਤੀ ਕੁਲਾ ਜਿਹੜਾ ਹੈ ਉਥੇ ਨਾ ਗੱਡੀ ਕ੍ਰਾਸ ਨਹੀਂ ਹੋਵਾਦੀ ਹੈ ਉਦੋਂ ਪੁਰਾਲਿਆ ਪਾਸਾ ਦਾ ਇਸ ਇਲਾਕੇ ਅੰਜ ਤੱਕ ਪਿਛਲੇ ਡੇਢ ਮਹੀਨੇ ਦੀ ਗੱਡੀ ਨਹੀਂ ਹੋਵਾਦੀ ਹੈ ਤਾਂ ਤੁਸੀਂ ਦਾਦਾ ਲਈ ਸਕਦੇ ਕਿ ਕਿੰਨਾ ਬੈਕਵਰਡ ਲਾਕ ਆਓ ਤਾਂ ਮੈਂ ਕਮਿਸ਼ਨ ਤੱਕ ਜਿਹੜੀ ਮੇਰੀ ਆਵਾਜ਼ ਜਿਹੜੇ ਅਗਰ ਪੂਝਾਦੀ ਹੈ ਤਾਂ ਮੈਂ ਯਕਨ ਚਾਹਨਾ ਕਿ ਸਭ ਤੋਂ ਬੈਕਵਰਡ ਲਾਕ ਆਔਰ ਇਹਦਾ ਜਾਇਜ਼ ਮੰਗਾ ਹੈ ਔਰ ਇਹਦੀ ਜਾਇਜ਼ ਮੰਗੀ ਪੂਰਾ For more updates, do subscribe our YouTube channel and don't forget to hit the bell notification icon. And if you are watching this video on Facebook, do follow our Facebook page.